ਸਰ ਕਿਉਂਕਿ ਪੰਚਾਇਤੀ ਚੋਣ ਨੇ, ਇਸ ਨੂੰ ਲੈ ਕੇ ਤਿਆਰੀਆਂ ਕਿਸ ਤਰ੍ਹਾਂ ਦੀ ਨੇ? ਜੇ ਆਪਣੇ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਲੋਕਾਂ 'ਚ ਕਾਫੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ, ਕਿਸ ਤਰ੍ਹਾਂ ਵੇਖਦੇ? ਦੇਖੋ, ਪੰਚਾਇਤ ਚੋਣਾਂ ਨੂੰ ਲੈ ਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਲੋਕ ਪੂਰੇ ਮੇਲੇ ਵਾਲਾ ਮਾਹੌਲ ਬਣਾਇਆ ਹੋਇਆ ਪਿੰਡਾਂ ਦੇ ਵਿੱਚ। ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਵੀ ਮੋਹਾਲੀ ਜ਼ਿਲ੍ਹੇ ਵਿੱਚ ਸਾਡੇ, ਖਾਸ ਕਰਕੇ ਮੇਰੇ ਹਲਕੇ ਮੋਹਾਲੀ ਦੇ ਵਿੱਚ, ਕੋਈ ਕਿਸੇ ਕਿਸਮ ਦੀ ਐਸੀ ਘਟਨਾ ਨਹੀਂ ਹੋਈ ਹੈਗੀ, ਕੋਈ ਲੜਾਈ, ਕੋਈ ਝਗੜਾ, ਪੂਰਾ ਅਮਨ ਤਰੀਕੇ ਦੇ ਨਾਲ ਜਿਹੜਾ ਚੋਣ ਪ੍ਰੋਸੈਸ ਆ ਉਹ ਸ਼ੁਰੂ ਹੋਇਆ ਔਰ ਲਗਾਤਾਰ ਚੱਲ ਰਿਹਾ। ਅੱਜ ਵਿਡਰਾਲ ਵੀ ਹੋ ਰਹੀਆਂ ਨੇ ਔਰ ਨਾਲ ਚੋਣ ਨਿਸ਼ਾਨ ਵੀ ਦਿੱਤੇ ਜਾ ਰਹੇ ਨੇ ਅਤੇ ਕੱਲ੍ਹ ਤੋਂ ਲੋਕ ਆਪਣਾ ਪ੍ਰਚਾਰ ਕਰਨਗੇ ਅਤੇ 15 ਤਰੀਕ ਨੂੰ ਜਿਹੜੀਆਂ ਵੋਟਾਂ ਨੇ ਬੜੀਆਂ ਪੂਰਾ ਅਮਨ ਸ਼ਾਂਤੀ ਦੇ ਨਾਲ ਹੋ ਜਾਣਗੀਆਂ। ਸਰ, ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਹੈ, ਹਜੇ ਤੱਕ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ, ਇਹ ਅੱਗੇ ਵੀ ਨਾ ਹੋਣ, ਉਸ ਨੂੰ ਲੈ ਕੇ ਤੁਸੀਂ ਮੀਟਿੰਗਸ ਵੀ ਕਰ ਰਹੇ ਹੋ ਸਾਰੀ ਚੀਜ਼ਾਂ ਨੂੰ ਲੈ ਕੇ? ਬਕਾਇਦਾ ਤੌਰ ਤੇ ਮੈਂ ਸਾਰੇ ਪਿੰਡ ਪਿੰਡ ਜਾ ਕੇ ਇਹ ਗੱਲ ਕਹੀ ਹੈ ਵੀ ਆਪਾਂ ਭਾਈਚਾਰਕ ਸਾਂਝ ਕਾਇਮ ਰੱਖਣੀ ਆ। ਮੈਂ ਜਦੋਂ ਵੀ ਜਾਂਦਾ ਇਹੀ ਗੱਲ ਕਹਿੰਦਾ ਵੀ ਲੜਾਈ ਝਗੜੇ ਤੋਂ ਉੱਤੇ ਉੱਠ ਕੇ ਆਪਾਂ ਨੇ ਕੰਮ ਕਰ ਲੈਣੇ, ਪਿੰਡਾਂ ਦੀ ਡਿਵੈਲਪਮੈਂਟ ਕਰਨੀ ਆ, ਆਪਾਂ ਨੇ ਕਿਸੇ ਵੀ ਕਿਸਮ ਦਾ ਝਗੜਾ ਨਹੀਂ ਕਰਨਾ ਅਤੇ ਉਸੇ ਤਹਿਤ ਉਸੇ ਅਪੀਲ ਨੂੰ ਮੰਨਦੇ ਹੋਏ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਬਈ ਮੋਹਾਲੀ ਹਲਕੇ ਦੇ ਵਿੱਚ ਐਟਲੀਸਟ 10 ਤੋਂ ਉੱਤੇ ਜਿਹੜੀਆਂ ਪੰਚਾਇਤਾਂ ਨੇ ਉਹ ਸਰਬਸੰਮਤੀ ਦੇ ਨਾਲ ਚੁਣ ਲਈਆਂ ਜਾਣਗੀਆਂ, ਜਿਹਦੇ ਵਿੱਚ 3 ਤਾਂ ਆ ਕੇ ਸਰੂਪੇ ਪਵਾ ਗਏ ਨੇ ਔਰ ਬਾਕੀ ਵੀ ਆਉਣ ਵਾਲੇ ਟਾਈਮ 10 ਦੇ ਕਰੀਬ 70 ਪਿੰਡ ਨੇ, ਉਹਨਾਂ ਵਿੱਚੋਂ 10 ਤੋਂ 15 ਤੱਕ ਕੱਲ੍ਹ ਅੱਜ ਸ਼ਾਮ ਤੱਕ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ। ਯਾਰ ਇਹ ਮੈਨੂੰ ਲੱਗਦੀ ਹੈ ਉਦਾਹਰਨ ਆ ਪਹਿਲੀ ਵੀ ਮੋਹਾਲੀ ਕਦੇ ਹਲਕੇ ਦੇ ਵਿੱਚ ਇੱਦਾਂ ਦੀ ਗੱਲ ਹੋਈ ਹੋ ਨਹੀਂ ਹੈਗੀ ਵੀ ਜਿਹੜੀਆਂ ਵੋਟਾਂ ਨੇ ਉਹ ਸਰਬਸੰਮਤੀਆਂ ਜਿਹੜੀਆਂ ਪੰਚਾਇਤਾਂ ਚੁਣੀਆਂ ਗਈਆਂ। ਯਾਨੀ ਕਿ ਕਹਿ ਸਕਦੇ ਹਾਂ ਕਿ ਐਕਸਾਈਟਮੈਂਟ ਵੀ ਹੈ, ਲੋਕਾਂ ਦੇ ਜਿਹੜੇ ਕੰਮ ਨੇ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਉਹ ਹੋ ਰਹੇ ਆ, ਉਹ ਬਕਾਇਦਾ ਤੌਰ ਤੇ ਹੋ ਰਹੇ ਨੇ ਔਰ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਨੇ ਹਮੇਸ਼ਾ ਇਹ ਗੱਲ ਕਹੀ ਆ ਵੀ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਚਾਇਤੀ ਚੋਣਾਂ ਕਰਾਉਣੀਆਂ ਨੇ, ਆਪਾਂ ਪਾਰਟੀ ਨਹੀਂ ਚੁਣਨੀ ਹੈਗੀ, ਆਪਾਂ ਪਿੰਡ ਦਾ ਸਰਪੰਚ ਚੁਣਨਾ, ਜਿਹੜੇ ਪਿੰਡ ਦੇ ਕੰਮ ਕਰਾਵੇ, ਪਿੰਡ ਦੀ ਪੰਚਾਇਤ ਚੁਣਨੀ ਹੈ, ਜਿਹੜੇ ਸਾਰੇ ਪਿੰਡ ਨੂੰ ਦੀ ਡਿਵੈਲਪਮੈਂਟ ਕਰੇ ਅਤੇ ਅਸੀਂ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਕਾਮਯਾਬ ਹੋ ਚੁੱਕੇ ਹਾਂ। ਸਰ, ਜਗਤਪੁਰਾ ਦਾ ਇੱਕ ਪੰਚਾਇਤੀ ਚੋਣ ਨੂੰ ਲੈ ਕੇ ਜਿਹੜਾ ਦਿੱਕਤ ਹੈ ਉਹਦੇ 'ਚ ਰੱਦ ਕਰ ਦਿੱਤੀ ਗਈ ਹੈ, ਕਾਰਨ ਕੀ ਰਿਹਾ? ਦੇਖੋ, ਜਿਹੜੀ ਜਗਤਪੁਰਾ ਪਿੰਡ ਦੀ ਚੋਣ ਰੱਦ ਕੀਤੀ ਗਈ ਆ ਉਹ ਇਸ ਕਰਕੇ ਰੱਦ ਕੀਤੀ ਗਈ ਆ ਬਈ ਚੋਣ ਵੇਲੇ ਜਿਹੜੀ ਸੂਚੀ ਦੀ ਸੁਧਾਈ ਹੋਣੀ ਸੀ ਉਹ ਹੋਈ ਨਹੀਂ ਸੀ, ਕਿਉਂਕਿ ਉੱਥੇ ਇੱਕ ਜਗਤਪੁਰੇ ਵਿੱਚ ਕਲੋਨੀ ਆ ਜਿਹਦੀਆਂ ਵੋਟਾਂ ਦੇ ਨਾ ਤਾਂ ਉਹ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਸੀ ਨਾ ਹੀ ਉਹ ਪਿੰਡ ਵਿੱਚ ਸੀ, ਪੰਚਾਇਤ ਵਿੱਚ ਵੀ ਵੋਟਾਂ ਨਹੀਂ ਸੀ ਪੈਂਦੀਆਂ ਔਰ ਨਾ ਹੀ ਮਿਊਂਸੀਪਲ ਕਾਰਪੋਰੇਸ਼ਨ 'ਚ ਵੋਟਾਂ ਪੈਂਦੀਆਂ ਸੀ। ਉਹ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਗਏ ਅਤੇ ਹਿਊਮਨ ਰਾਈਟਸ ਕਮਿਸ਼ਨ ਨੇ SDO ਨੂੰ ਆਰਡਰ ਕੀਤੇ ਵੀ ਤੁਸੀਂ ਇਹ ਦੇਖੋ ਅਤੇ ਇਹਨਾਂ ਦਾ ਹੱਕ ਆ ਜਿਹੜਾ ਬਣਦਾ। ਪਹਿਲਾਂ ਉਹ ਇਹ ਕੋਰਟ ਵਿੱਚ ਗਏ ਸੀ, ਕੋਰਟ ਨੇ ਕਿਹਾ ਵੀ ਕੋਰਟ ਇਹਨਾਂ ਕੰਮਾਂ ਦੇ ਵਿੱਚ ਦਖਲਦਾਰੀ ਨਹੀਂ ਕਰਦਾ ਹੈਗਾ, ਫਿਰ ਹਿਊਮਨ ਰਾਈਟਸ ਗਏ ਅਤੇ ਉਸ ਤੋਂ ਬਾਅਦ ਫਿਰ ਇਹ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ SDO ਸਾਹਿਬ ਨੂੰ ਕਿਹਾ ਵੀ ਤੁਸੀਂ ਦੇਖੋ ਇਹਦਾ ਕੀ ਹੋ ਸਕਦਾ ਅਤੇ SDO ਨੇ ਆਪਣੀ ਰਿਪੋਰਟ ਦਿੱਤੀ ਵੀ ਵੋਟਾਂ ਜਿਹੜੀਆਂ ਨੇ ਉਹ ਜਗਤਪੁਰੇ ਪਿੰਡ ਦੇ ਵਿੱਚ ਇੱਕ ਲਾਉਂਦੀਆਂ ਅਤੇ ਜਗਤਪੁਰੇ ਪਿੰਡ ਵਿੱਚ ਹੀ ਵੋਟਾਂ ਪੈਣੀਆਂ ਚਾਹੀਦੀਆਂ ਨੇ। ਪਰ ਪ੍ਰੋਬਲਮ ਸਭ ਤੋਂ ਵੱਡੀ ਮੁਸ਼ਕਲ ਇਹ ਹੋਈ ਵੀ ਵੋਟਾਂ ਦੀ ਜਿਹੜੀ ਸੂਚੀ ਦੀ ਸੁਧਾਈ ਸੀ ਉਹ ਹੋਈ ਨਹੀਂ ਸੀ ਜਦੋਂ ਤੱਕ ਜਦੋਂ SDO ਨੇ ਆਰਡਰ ਕੀਤੇ ਉਦੋਂ ਤੱਕ ਡੇਟ ਉਹ ਲੰਘ ਚੁੱਕੀ ਸੀ, ਜਿਸ ਕਾਰਨ ਇਹ ਜਿਹੜੀ ਇਲੈਕਸ਼ਨ ਆ ਫਿਰ ਸਸਪੈਂਡ ਕਰਨੀ ਪਈ। ਹੁਣ ਜਦੋਂ ਇਹ ਵੋਟਰ ਸੂਚੀ ਦੀ ਸੁਧਾਈ ਹੋ ਜਾਊਗੀ, ਸੁਧਾਈ ਹੋਣ ਤੋਂ ਬਾਅਦ ਫਿਰ ਜਿਹੜੀ ਇਲੈਕਸ਼ਨ ਹੈ ਕਰਾ ਦਿੱਤੀ ਜਾਊਗੀ ਅਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿਉਂਕਿ ਪਿੰਡ ਨੂੰ ਇਹ ਸੀ ਵੀ ਸਾਡੀ ਪਿੰਡ ਅਲੱਗ ਰੱਖਿਆ ਜਾਵੇ ਅਤੇ ਕਲੋਨੀ ਅਲੱਗ ਰੱਖੀ ਜਾਵੇ ਅਤੇ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇੱਥੇ ਇੱਕ ਪੰਚਾਇਤ ਦੀ ਜਗ੍ਹਾ 2 ਪੰਚਾਇਤਾਂ ਬਣਾ ਦਿੱਤੀਆਂ ਜਾਣ ਤਾਂ ਕਿ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਡਾਕਟਰ ਸਾਹਿਬ, ਕਿਉਂਕਿ ਇਹ ਵੀ ਗੱਲਾਂ ਸਾਹਮਣੇ ਆ ਰਹੀ ਸੀ ਕਿ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੀ ਜਿਹੜੀ ਵੋਟਰ ਹੈ ਉਹ ਜ਼ਿਆਦਾ ਨੇ, ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੀ ਵੋਟਸ ਕੰਮ? ਨਹੀਂ ਦੇਖੋ, ਇੱਦਾਂ ਦੀ ਗੱਲ ਮੇਰੇ ਕੋਲ ਤਾਂ ਕੋਈ ਆਈ ਨਹੀਂ ਹੈਗੀ, ਕਿਉਂਕਿ ਪਿੰਡ ਇਹ ਚਾਹੁੰਦਾ ਸੀ ਵੀ ਸਾਡੇ ਪਿੰਡ ਦੇ ਅਲੱਗ ਪੰਚਾਇਤ ਬਣ ਜਾਵੇ ਅਤੇ ਕਲੋਨੀ ਵਾਲੇ ਨੂੰ ਵੀ ਕੋਈ ਵੈਸੇ ਇਤਰਾਜ਼ ਨਹੀਂ ਅਲੱਗ ਪੰਚਾਇਤ ਬਣਾਉਣ ਦੇ ਵਿੱਚ, ਉਹਨਾਂ ਸਿਰਫ ਇਹ ਹੈ ਵੀ ਸਾਡੀਆਂ ਵੋਟਾਂ ਜਿਹੜੀਆਂ ਉਹ ਕਿਸੇ ਨਾ ਕਿਸੇ ਹਾਲਤ ਵਿੱਚ ਪੈਣੀਆਂ ਚਾਹੀਦੀਆਂ ਨੇ, ਭਾਵੇਂ ਪੰਚਾਇਤ 'ਚ ਪੈਣ ਭਾਵੇਂ ਉਹ ਮਿਊਂਸੀਪਲ ਕਾਰਪੋਰੇਸ਼ਨ 'ਚ। ਠੀਕ ਹੈ, ਯਾਨੀ ਕਿ ਕਹਿ ਸਕਦੇ ਹਾਂ ਕਿ ਮੋਹਾਲੀ ਜ਼ਿਲ੍ਹੇ 'ਚ ਹੁਣ ਲਾਅ ਐਂਡ ਆਰਡਰ ਦੇ ਨਾਲ ਨਾਲ ਟਰਾਂਸਪੇਰੈਂਸੀ ਤਰੀਕੇ ਦੇ ਨਾਲ ਸਾਰੀ ਵੋਟਾਂ ਜਿਹੜੀਆਂ ਉਹ ਪੈਣ।
ਬਕਾਇਦਾ ਤੌਰ ਤੇ ਕਿਸੇ ਕਿਸਮ ਦੀ ਕੋਈ ਵੀ ਸਰਕਾਰ ਵੱਲੋਂ ਕੋਈ ਧੱਕਾ ਜਾਂ ਮੁੱਕੀ ਕਿਸੇ ਕਿਸਮ ਦੀ ਨਹੀਂ ਹੋਊਗੀ। ਔਰ ਮੈਂ ਵੀ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਆਪਣੇ ਹਲਕੇ ਨੂੰ ਇਹ ਬੇਨਤੀ ਕਰਦਾ ਵੀ ਕੋਈ ਕਿਸੇ ਕਿਸਮ ਦੀ ਭੜਕਾਟ ਚ ਨਾ ਆਉਣ, ਕਿਸੇ ਕਿਸਮ ਦੇ ਭੜਕਾ ਉਹਦੇ ਵਿੱਚ ਨਾ ਆਉਣ, ਬਹਿਕਾਵੇ ਦੇ ਵਿੱਚ, ਤੇ ਆਪਣੀ ਵੋਟ ਦਾ ਜਿਹੜਾ ਅਧਿਕਾਰ ਆ ਉਹ ਸਹੀ ਤਰੀਕੇ ਨਾਲ ਕਰਨ। ਔਰ ਹਰ ਇੱਕ ਬੰਦਾ ਵੋਟ ਪਾਵੇ, ਕਿਉਂਕਿ ਆਪਾਂ ਨੂੰ ਵੋਟ ਦਾ ਅਧਿਕਾਰ ਆ ਜਿਹੜਾ ਉਹ ਬਹੁਤ ਔਖਾ ਮਿਲਿਆ, ਤੇ ਆਪਾਂ ਆਪਣੇ ਉਹ ਪੰਚ ਦੇ ਸਰਪੰਚ ਨੂੰ ਜਿਹੜੇ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਉਹ ਕਰਨ ਦੇ ਵਿੱਚ ਸਹਾਈ ਸਿੱਧ ਹੋ ਸਕਣ। ਬਿਲਕੁਲ, ਜਿੱਦਾਂ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਵਿਧਾਇਕ ਨੇ ਉਹਨਾਂ ਦਾ ਬਿਲਕੁਲ ਸਾਫ਼ ਤੌਰ ਤੇ ਕਹਿੰਦੇ ਕਿ ਜਿਹੜੇ ਵੀ ਪਿੰਡਾਂ ਦੇ ਲੋਕ ਨੇ ਵਿਕਾਸ ਯਾਨੀ ਕਿ ਬੇਸਿਕ ਕਮਿਊਨਿਟੀ ਸਾਰਿਆਂ ਨੂੰ ਮਿਲਣੀ ਚਾਹੀਦੀ। ਔਰ ਇਹ ਪਹਿਲੀ ਵਾਰੀ ਹੋ ਰਿਹਾ ਜਿੱਦਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਵੀ ਸਰਸਹਿਮਤੀ ਦੇ ਨਾਲ ਜਿਹੜੇ ਸਰਪੰਚ ਚੁਣੇ ਜਾ ਰਹੇ ਨੇ, ਮਕਸਦ ਕੀ ਹੈ? ਮਕਸਦ ਸਰਕਾਰ ਦਾ ਇਹੀ ਹੈ, MLA ਦਾ ਇਹੀ ਹੈ, ਵਿਧਾਇਕ ਦਾ ਇਹੀ ਹੈ ਕਿ ਲੋਕਾਂ ਦੀ ਜਿਹੜੀ ਬੇਸਿਕ ਕਮਿਊਨਿਟੀਜ਼ ਹੈ, ਪਿੰਡਾਂ ਦੀ ਜਿਹੜੀ ਬੇਸਿਕ ਕਮਿਊਨਿਟੀ, ਚਾਹੇ ਉਹ ਰੋਡ ਦੀ ਗੱਲ ਹੋਵੇ, ਚਾਹੇ ਉਹ ਪਾਣੀ ਦੀ ਗੱਲ ਹੋਵੇ, ਸਟਰੀਟ ਲਾਈਟ ਦੀ ਗੱਲ ਹੋਵੇ, ਬਿਜਲੀ ਦੀ ਹੋਵੇ, ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਕੰਮ ਹੋਵੇ। ਹਾਲਾਂਕਿ ਹੁਣ ਕਾਫੀ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹੈ। ਹਾਲਾਂਕਿ ਜਗਤਪੁਰਾ ਨੂੰ ਲੈ ਕੇ ਜਿੱਦਾਂ ਸਾਨੂੰ ਕਿਹਾ ਕਿ ਇਲੈਕਸ਼ਨ ਕਮਿਸ਼ਨ ਦੀ ਕਾਫੀ ਹਦਾਇਤਾਂ ਸੀਗੀ, ਕਾਫੀ ਚੀਜ਼ਾਂ ਪੈਂਡਿੰਗ ਜਿਹੜੀ ਚੱਲ ਰਹੀ ਸੀ ਜਿਸ ਕਰਕੇ ਸਸਪੈਂਡ ਕਰ ਦਿੱਤਾ ਗਿਆ, ਲੇਕਿਨ ਆਉਣ ਵਾਲੇ ਸਮੇਂ 'ਚ ਜ਼ਰੂਰ ਇਹਨਾਂ ਨੇ ਕਿਹਾ ਹੈ ਕਿ ਉੱਥੇ ਇਲੈਕਸ਼ਨ ਜਿਹੜੇ ਆ ਉਹ ਕਰਾਏ ਜਾਣਗੇ। ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ, ਬੜੇ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਲੈਕਸ਼ਨ ਚੱਲ ਰਹੇ ਨੇ, ਔਰ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ, ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਹੀਂ ਹੋਣ ਦਿੱਤਾ ਜਾਏਗਾ। ਬਾਕਾਇਦਾ ਇਹ ਖੁਦ ਪਿੰਡ ਪਿੰਡ ਜਾ ਕੇ ਉੱਥੇ ਲੋਕਾਂ ਨੂੰ ਮਿਲ ਰਹੇ, ਲੋਕਾਂ ਦੇ ਨਾਲ ਗੱਲਬਾਤ ਕਰ ਰਹੇ, ਜਿਹੜੀ ਵੀ ਉਹਨਾਂ ਦੀ ਪ੍ਰੋਬਲਮਸ ਨੇ, ਦਿੱਕਤਾਂ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੈ ਤਾਂ ਉਹ ਡਾਇਰੈਕਟ ਮਿਲ ਕੇ ਲੋਕਾਂ ਦੇ ਨਾਲ ਆਹਮਣੇ ਸਾਹਮਣੇ ਹੋ ਰਹੇ।